अमृतसर के पिंड करिंडा के सबका कांग्रेस चेयरमैन सुखदेव सिंह के उन्होंने बेटे के द्वारा एक नौजवान हरप्रीत सिंह उसकी मां के सामने नग्न करने की खबर सामने आई है। नग्न करने का कारण नौजवान की मां तो चंदा रहना सी। मां द्वारा चंदा ना देने से चेयरमैन सुखदेव सिंह और उन्होंने बेटे हरप्रीत सिंह उसकी मां के सामने नग्न कर दिया गया और रिवालवर के नाल हमला किया गया जिसके नाल उसकी मां नूं चोट लगी। चोट लगन तो बाद इलाज के दिन उसकी मौत हो गई। मां के परिवार वाले ने पोस्टमार्टम लिए दो दिनों तो दर्द दर्द ठोकर खादिया फिर जाके उसका पोस्टमार्टम होया। परिवार वाले ने हुण प्रशासन तो इंसाफ की मांग की है। ਕੀ ਨਾਮ ਦੇ ਤੁਹਾਡਾ ਜੀ? ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਜੀ, ਇਹ ਤਾਂ ਜਿਹੜੀ ਡੈਥ ਹੋਈ ਹੈ ਕੌਣ ਆ? ਇਹ ਮੇਰੀ ਮਦਰ ਆ ਜੀ। ਮਦਰ ਕਿੱਦਾਂ ਡੈਥ ਹੋਈ ਆ? ਸਰ ਐਕਚੁਅਲੀ ਇਹ ਦਰਬਾਰ ਸਾਹਿਬ ਵੱਲੋਂ ਰਿਟਾਇਰਮੈਂਟ ਹੋਇਆ ਜੀ 31 ਮਾਰਚ ਨੂੰ। ਮੇਰੀ ਮਾਤਾ ਜੀ ਇਹਨਾਂ ਨੂੰ ਰਿਟਾਇਰਮੈਂਟ ਹੋਇਆ, ਫੰਡ ਮਿਲਿਆ 25-30 ਲੱਖ ਰੁਪਈਆ ਜੀ। ਠੀਕ ਹੈ ਜੀ। ਸਾਡੇ ਪਿੰਡ ਸਾਬਕਾ ਚੇਅਰਮੈਨ ਆ ਸੁਖਦੇਵ ਸਿੰਘ ਕਾਂਗਰਸੀ ਆਗੂ ਬੰਦਾ ਉਹ ਸਾਬਕਾ ਹੈ। ਉਹਦਾ ਬੇਟਾ 13 ਸਾਲ ਜੇਲ੍ਹ ਕੱਟ ਗਿਆ NDPC ਦਾ ਕੇਸ ਦੇ ਵਿੱਚ, ਹੀਰੋਇਨ ਦੇ ਕੇਸ ਦੇ ਵਿੱਚੋਂ 6-7 ਕਿਲੋ ਤੋਂ ਹੀਰੋਇਨ ਫੜੀ ਗਈ ਹੈ। ਉਹ ਸਾਡੇ ਘਰ ਆ ਗਿਆ ਇੱਕ ਦਿਨ ਪਹਿਲਾਂ ਅੱਜ ਤੋਂ ਬਾਈ ਤਰੀਕ ਨੂੰ ਜੇਲ੍ਹ ਦੇ ਵਿੱਚ ਉਹ ਰਿਹਾ ਹੋ ਗਿਆ ਹੈ। 25 ਤਰੀਕ ਨੂੰ ਅਤੇ 25 ਤਰੀਕ ਨੂੰ ਮੇਰੇ ਘਰ ਆ ਗਿਆ ਵੀ ਤੇਰੀ ਮਾਤਾ ਨੂੰ ਫੰਡ ਮਿਲਿਆ ਅਤੇ ਮੈਨੂੰ ਇਹਦੇ ਵਿੱਚ ਚੰਦਾ ਚਾਹੀਦਾ। ਮੈਂ ਕਿਹਾ ਭਰਾਵਾ ਕਾਹਦੇ ਵਾਸਤੇ, ਅਸੀਂ ਤਾਂ ਗਰੀਬ ਬੰਦੇ ਅੱਗੇ, ਮੇਰੀ ਮਾਤਾ ਇੱਦਾਂ ਨੌਕਰੀ ਕਰਕੇ ਆਈ ਤਾਂ 4-5 ਸਾਲ ਨੌਕਰੀ ਕੀਤੀ, ਤੇਰੇ ਵਾਸਤੇ ਥੋੜ੍ਹਾ ਚੰਦਾ ਇਕੱਠਾ ਕਰਕੇ ਕੀਤੀ ਹੈ। ਕਹਿੰਦਾ ਵੀ ਜੇ ਮੈਨੂੰ 3rd ਦਿਨ ਪੈਸੇ ਨਾ ਮਿਲੇ ਤਾਂ ਤੈਨੂੰ ਮੈਂ ਛੂਟ ਕਰ ਦਿੰਦਾ, ਮੈਨੂੰ ਉਹਨੇ ਕਿਹਾ। ਮੈਂ ਕਿਹਾ ਭਰਾ, ਅਸੀਂ ਤਾਂ ਗਰੀਬ ਬੰਦੇ, ਨਿੱਕੇ ਨਿੱਕੇ ਮੇਰੇ 4 ਬੱਚੇ 2 ਬੇਟੀਆਂ 2 ਮੇਰੇ ਬੇਟੇ ਆ, ਵੀ 6:30 ਵਜੇ ਤੱਕ ਪੈਸੇ ਨਾ ਤਾਂ ਮੈਂ ਤੇਰੇ ਘਰ ਪਹੁੰਚ ਜਾਣਾ। ਉਹ ਗੱਲ ਹੋਈ ਅੱਜ ਤੋਂ 3 ਦਿਨ ਪਹਿਲਾਂ। ਮੇਰੇ ਘਰ 5 ਜਣੇ ਲੈ ਗਏ ਗੁੰਡੇ, 315 ਸ਼ਿਕਸਰ ਅਤੇ ਨਾਲ ਕਿਰਪਾਨ ਅਤੇ ਕਿਰਚ ਲੈ ਗਏ ਅਤੇ 5 ਜਣੇ ਮੇਰੇ ਘਰ ਪਹੁੰਚ ਗਏ। ਮੈਂ ਸੁੱਤਾ ਪਿਆ, ਮੇਰਾ BP ਘਟਿਆ ਪਿਆ, ਮੇਰੇ ਨਾਲ ਮੇਰਾ ਛੋਟਾ ਬੇਟਾ ਪਿਆ, ਮੇਰੇ ਨਾਲ 8 ਸਾਲ ਦਾ ਮੇਰੇ ਨਾਲ ਲੰਮੇ ਪਿਆ ਸੀ, ਅਤੇ ਮੈਨੂੰ ਉਹਨਾਂ ਇੱਥੋਂ ਫੜ ਕੇ ਠਾ ਲਿਆਂਦਾ, ਉੱਠੋ ਬਦਮਾਸ਼ਾ ਤੋਂ ਲੰਮੇ ਪਿਆ। ਮੈਂ ਹੱਥ ਜੋੜੇ, ਮੈਂ ਭਾਅ ਜੀ ਮੈਂ ਤਾਂ ਇਕੱਲਾ ਬੰਦਾ ਗਰੀਬ ਬੰਦਾ, ਦੱਸੋ ਕੀ ਗੱਲ ਹੈ? ਕਹਿੰਦਾ ਤੈਨੂੰ ਪੈਸੇ ਕਹੇ ਸੀ 5 ਲੱਖ ਰੁਪਈਆ, ਕਹਿੰਦਾ ਹੁਣ 5.5 ਲੱਖ ਹੋ ਗਿਆ ਤੇਰੇ ਘਰ ਮੈਂ ਹਾਂ। ਅਤੇ ਮੈਂ ਕਿਹਾ ਵੀਰ ਜੀ ਕਾਹਦਾ 5.5 ਲੱਖ ਹੋ ਗਿਆ? ਮੈਂ ਤਾਂ ਗਰੀਬ ਬੰਦਾ, ਮੈਂ ਕਿਹੜਾ ਤੇਰਾ ਕੋਈ ਮੇਰਾ ਵੈਰ ਨਹੀਂ, ਕੋਈ ਵਿਰੋਧ ਨਹੀਂ, ਕੋਈ ਜ਼ਮੀਨ ਨਹੀਂ ਤੇਰਾ ਮੇਰੀ ਸਾਂਝੀ, ਅਤੇ 13 ਸਾਲ ਤੂੰ ਉੱਥੇ ਕੱਟ ਗਿਆ, ਮੇਰਾ ਤੇਰੇ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ। ਕਹਿੰਦਾ ਵੈਰ ਵਿਰੋਧ ਨਹੀਂ, ਮੈਨੂੰ ਹੁਣ ਤੇਰੇ ਨਾਲ 6 ਲੱਖ ਹੋ ਗਿਆ, ਤੇਰੇ ਨਾਲ ਮੈਂ ਹਾਂ। ਉਹਨੇ ਭਾਅ ਜੀ ਮੇਰੀ ਸਿਸਟਰ ਵੀ ਖੜੀ, ਮੇਰੀ ਮਾਤਾ ਵੀ ਲਾਗੇ ਖੜੀ, ਮੈਨੂੰ ਉਹਨੇ ਸਾਰਾ ਨੰਗਾ ਕਰਤਾ ਜੀ, ਮੈਨੂੰ ਬੈਠਕਾਂ ਮਰਵਾਈਆਂ ਨੰਗੇ ਕਰਕੇ, ਮੈਨੂੰ ਸਰ ਮੈਨੂੰ ਮੇਰੀ ਮਾਤਾ ਦੇ ਸਾਹਮਣੇ ਮੈਨੂੰ ਸਾਰਾ ਨੰਗ ਬਸਤਰ ਕਰਤਾ ਮੈਨੂੰ ਉਹਨੇ, ਅਤੇ ਮੈਨੂੰ ਬੈਠਕਾਂ ਮਰਵਾਈਆਂ। ਕਹਿੰਦਾ ਮੈਨੂੰ ਮੇਰੀਆਂ ਲੱਤਾਂ ਘੁਟਾਣ ਕੇ ਅਤੇ ਮੈਨੂੰ ਨੰਗਿਆ ਕਰਕੇ ਮੇਰੇ ਕੋਲ ਲੱਤਾਂ ਕਟਵਾਈਆਂ। ਅਤੇ ਕਹਿੰਦਾ ਇਹਦੇ ਫਾਦਰ ਸਾਹਿਬ ਦਾ ਫਿਰ ਵੇਖ ਲਓ ਬਿਆਨ ਸੁਣੋ, ਸੁਖਦੇਵ ਸਿੰਘ ਚੇਅਰਮੈਨ ਦਾ, ਕਹਿੰਦਾ ਛੋਟਾ ਮੋਟਾ ਕੰਮ ਨਹੀਂ ਹੀਰੋਇਨ ਦਾ ਪਿੰਡ 'ਚ ਕਰਨਾ, ਜੇ ਕਰਨਾ ਤਾਂ ਵੱਡਾ ਕੰਮ ਕਰਨਾ। ਪਹਿਲਾਂ ਵੀ ਮੇਰੇ ਮੁੰਡੇ ਨੇ ਵੱਡਾ ਕੰਮ ਕੀਤਾ ਸੀ, 7-8 ਕਿਲੋਆਂ ਦੇ ਵਿੱਚ ਅੰਦਰ ਗਿਆ ਸੀ, ਅਤੇ 200-300 ਦਾ ਕੰਮ ਨਹੀਂ ਕਰਨਾ ਹੈਗਾ। ਅਤੇ ਜੇ ਕੰਮ ਕਰਨਾ ਤਾਂ ਖੁੱਲ੍ਹਾ ਕੰਮ ਕਰੋ। ਇੱਕ ਫਾਦਰ ਵੇਖੋ ਆਪਣੇ ਬੱਚੇ ਨੂੰ ਕੀ ਸ਼ਿਕਸ਼ਾ ਦੇ ਰਿਹਾ, ਜਿਹੜੇ ਕਹਿ ਰਿਹਾ ਵੀ ਅਸੀਂ ਕਾਂਗਰਸ ਦੇ ਆਗੂ, ਅੱਜ ਕੱਲ੍ਹ ਕਹਿ ਰਹੇ ਵੀ ਕਾਂਗਰਸੀ ਆਗੂ ਕਹਿ ਰਹੇ ਸੀ ਨਸ਼ਾ ਛਡਾਉਣੇ ਆ, ਇਹ ਤਾਂ ਖੁਦ ਫਾਦਰ ਕਹਿ ਰਿਹਾ ਵੀ ਮੈਂ ਖੁੱਲ੍ਹਾ ਕੰਮ ਕਰੋ, ਜੇ ਤੁਹਾਡੇ ਕੋਲ ਹੀਰੋ ਨਹੀਂ ਹੈ ਕਿਤੇ ਮੇਰੇ ਮੇਰੀ ਵੇਚੋ, ਅਤੇ ਤੁਹਾਨੂੰ 5-4 ਪਿੰਡ ਤੁਹਾਡੇ ਇਹਦਾ ਬੇਟਾ ਖੁਦ ਕਹਿ ਰਿਹਾ ਮਨਪ੍ਰੀਤ। ਕੋਈ ਪੁਰਾਣੀ ਰੰਜਿਸ਼ ਕੋਈ ਸਾਡੀ ਰੰਜਿਸ਼ ਨਹੀਂ, ਮੈਂ ਇੱਕ ਗਰੀਬ ਬੰਦਾ ਹੈ, ਇਹ ਜ਼ਿਮੀਂਦਾਰ ਬੰਦੇ, ਮੈਂ ਇੱਕ ਮਿਹਨਤੀ ਬੰਦਾ ਹੈ, ਮੈਂ ਇੱਕ ਮਿਹਨਤੀ ਬੰਦਾ, ਇੱਕ ਮਜ਼ਦੂਰ ਬੰਦਾ, ਮੈਂ ਬਾਰਡਰ 'ਤੇ ਕੁੱਲੀ ਦਾ ਕੰਮ ਕਰਦਾ ਇੱਕ। ਅਤੇ ਮਾਤਾ ਕਿੱਦਾਂ ਡੈਥ ਹੋਈ? ਮਾਤਾ ਮੈਨੂੰ ਜਦੋਂ ਜਾ ਰਹੇ ਆ, ਮਾਤਾ ਜਦੋਂ ਇਹਨੇ ਮੇਰੇ ਰਿਵਾਲਵਰ ਰੱਖਿਆ ਵੀ ਮੈਂ ਤੇਰੇ ਮੁੰਡੇ ਨੂੰ ਠੋਕਦਿਆਂ ਲੱਗਾ, ਅਤੇ ਮਾਤਾ ਮੇਰੀ ਕਹਿੰਦੀ ਮੇਰੇ ਮੁੰਡੇ ਨੂੰ ਛੱਡ ਦੇ, ਨਾ ਮਾਰ, ਮੇਰਾ ਇਕੱਲਾ ਮੁੰਡਾ ਹੈ। ਇਹਨੇ ਬੱਟ ਮਾਰਿਆ, ਨਾਲ ਹੀ ਮੇਰੀ ਮਾਤਾ ਡਿੱਗ ਪਈ ਅਤੇ ਉੱਥੇ ਮੇਰੀ ਮਾਤਾ ਡੈਥ ਹੋ ਗਈ। ਕੀ ਉਹਨੂੰ ਮੰਗ ਕਰਦੇ? ਮੈਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦਾ, ਮੇਰੇ ਨਾਲ ਇਨਸਾਫ ਹੋਣਾ ਚਾਹੀਦਾ। ਮੈਂ ਗਰੀਬ ਬੰਦਾ, ਫਿਰ ਮੈਨੂੰ ਇਹ ਵੀ ਧਮਕੀ ਦਿੱਤੀ, ਮੇਰੇ 4 ਬੱਚੇ ਆ, 2 ਬੇਟੀਆਂ 2 ਮੇਰੇ ਬੇਟੇ ਆ, ਮੋਦੇ ਸਕੂਲ ਪੜ੍ਹਦੇ ਆ, ਵੀ ਜੇ ਤੂੰ ਮੇਰੇ 'ਤੇ ਪਰਚਾ ਕਰਾਇਆ ਤਾਂ ਤੇਰੇ ਬੱਚੇ ਵੀ ਚੁੱਕ ਲਿਆਂਗੇ ਅਸੀਂ। ਇਹ ਘਟਨਾ ਕਿੰਨੀ ਤਰੀਕ ਦੀ ਹੈ? ਇਹ 7 ਤਰੀਕ ਦੀ ਘਟਨਾ, 6:30 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ। ਮਾਤਾ ਨੂੰ ਕਿੱਥੇ ਲਿਆਂਦਾ ਸੀ? ਮਾਤਾ ਨੂੰ ਬਾਅਦ 'ਚ ਅਸੀਂ ਜਦੋਂ ਅਸੀਂ ਚੈੱਕ ਆਪਣੇ ਪਿੰਡੋਂ ਸਾਰੇ, ਇੱਕ ਛੋਟਾ ਜਿਹਾ ਕਲੀਨਿਕ ਉਹ ਤੋਂ ਡਾਕਟਰ ਨੂੰ ਸੱਦਿਆ, ਬੁਲਾਇਆ ਵੀ ਚੈੱਕ ਕਰੋ ਕੀ ਹੋਇਆ। ਉਹਨਾਂ ਕਿਹਾ ਵੀ ਮਾਤਾ ਠੀਕ ਨਹੀਂ, ਤੁਸੀਂ ਜਲਦੀ ਹੋਸਪਿਟਲ ਲੈ ਜਾਓ। ਅਸੀਂ ਰਣੀ ਕੇ ਰਾਹ ਦੇ ਵਿੱਚ ਹੋਸਪਿਟਲ ਦਾ ਟਾਰੀ ਤੋਂ ਗਾੜੀ 2 ਕਿਲੋਮੀਟਰ ਉੱਥੇ ਲੈ ਕੇ ਆਏ ਹਾਂ। ਸੜਕ ਦੇ ਉੱਪਰ ਹੀ ਡਾਕਟਰ ਨੂੰ ਚੈੱਕ ਕਰਾਇਆ, ਉਹਨਾਂ ਕਿਹਾ ਡੈਥ ਕਲੀਅਰ ਕਰਕੇ ਦੱਸ, ਡੈਥ ਕਲੀਅਰ ਕਰਤਾ। ਉਸ ਤੋਂ ਬਾਅਦ ਅਸੀਂ ਥਾਣੇ ਘਰੇ ਚਲ ਗਏ ਹਾਂ। ਤੁਹਾਡੀ ਮਾਤਾ ਦਾ ਪੋਸਟਮਾਰਟਮ ਉਸੇ ਦਿਨ ਹੋਣਾ ਚਾਹੀਦਾ, 2 ਦਿਨ ਠਹਿਰ ਕੇ ਕਿਉਂ ਹੁੰਦੇ ਆ ਭਾਅ ਜੀ? ਇੱਕ ਦੱਸੋ, ਜਿਹੜੀ ਅਸੀਂ ਧਾਰਾ ਮੰਗੀਆਂ ਇਹਨਾਂ ਤੋਂ ਵੀ ਧਾਰਾ ਲਾਓ, ਜਿਹੜੀ ਐਕਚੁਅਲੀ ਜਿਹੜੀ ਧਾਰਾ ਅਸੀਂ ਪੁਲਿਸ ਤੋਂ ਮੰਗੀਆਂ, ਸਾਡੀ ਮੰਗ ਕੋਈ ਨਹੀਂ ਉਹ ਮੰਗੀ ਗਈ ਨਾ, ਦੇ ਉਹਦੇ ਵਿੱਚ 302 ਲਾਈ ਗਈ ਜੇ ਨਾ ਦੇ ਵਿੱਚ ਉਹਦੇ 302 ਲਾਈ ਗਈ ਆ, ਉਹਦੇ ਉਹਨੂੰ ਕੱਟ ਕੇ 304 ਲਾ ਦਿੱਤੀ ਗਈ ਹੈ। ਠੀਕ ਹੈ ਜੀ। ਨਾ ਉਹਦੇ ਵਿੱਚ 159 ਲਾਈ ਗਈ ਆ, ਨਾ ਉਹਦੇ ਵਿੱਚ 120 BP ਕੋਈ ਉਹ ਵੀ ਨਹੀਂ ਲਾਈ ਗਈ, ਅਤੇ ਕੋਈ ਸਾਡੀ ਜਿਹੜੀ ਸਾਡੇ ਕੋਲ ਜਿਹੜੀ ਪੁਲਿਸ ਵੀ ਜਿਹੜੀ ਹੈ, ਪੁਲਿਸ ਨੇ ਵੀ ਜਿਹੜੀ ਸਾਡੀ ਪੂਰੀ ਮਤਹਿਦ ਨਹੀਂ ਕੀਤੀ, ਜਿਹੜੀ ਧਾਰਾ ਲੱਗਣੀਆਂ ਚਾਹੀਦੀਆਂ ਉਹ ਧਾਰਾ ਨਹੀਂ ਲੱਗੀਆਂ ਸਾਡੀ ਕੋਈ ਵੀ ਜਿਹੜੀ ਮੰਦ ਜਿਹੜੀ ਤਰੁਸੀ ਜਿਹੜੀ ਪੂਰੀ ਨਹੀਂ ਹੋਈ। ਮੰਗ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ। ਮੈਂ ਗਰੀਬ ਬੰਦਾ, ਨਿੱਕੇ ਮੇਰੇ ਬੱਚੇ ਆ, ਮੈਨੂੰ ਇਹਨਾਂ ਤੋਂ ਖਤਰਾ 24 ਘੰਟੇ ਮੈਨੂੰ ਖਤਰਾ। ਮੈਨੂੰ ਕਹਿੰਦੇ ਤੇਰੇ 4 ਬੱਚੇ, ਮੇਰੇ 4 ਬੱਚੇ ਸਕੂਲੇ ਜਾਂਦੇ ਆ, ਕਹਿੰਦੇ ਜੇ ਤੁਸੀਂ ਜੇ ਆਪਣਾ ਸਾਡੇ ਮੈਨੂੰ ਧਮਕੀ ਵੀ ਆਈ ਹੈ ਵੀ ਜੇ ਤੁਸੀਂ ਸਾਡੇ ਪੁਲਿਸ ਦਾ ਪਰਚਾ ਕਰਾ ਤਾਂ ਤੇਰੇ ਅਸੀਂ ਤੈਨੂੰ ਫਿਰ ਤੇਰੇ ਗੱਲ ਪਾਵਾਂ। ਰਿਸ਼ਪਾਲ ਸਿੰਘ ਜੀ, ਰਿਸ਼ਪਾਲ ਸਿੰਘ ਜੀ ਅੱਜ ਡੈਡ ਬੋਡੀ ਲੈ ਕੇ ਆਏ ਪੋਸਟਮਾਰਟਮ ਵਾਸਤੇ, ਕੀ
माता के सामने मुंडे नूं जलील किया तो माता सदमे नाल दम तोड़ दी। इस बारे इन्हां नूं पता पिंड दे लोक ने जलील करन दा की कारण सी। इनवैसटिगेट चल रही है साड़ी अभी तो केस रजिस्टर करके तो हूँ तक भी कार्रवाई हुई है जी। और केस रजिस्टर जी पोस्टमार्टम लिए उन्होंने ऑफिस रैफर किया इन्होंने उतों सिविल सर्जन को मार करवा के लिया लेकिन सवेरे करा। आवाजी कॉम टीवी अमृतसर तो ललित शर्मा जी रिपोर्ट।